हाँ जी, असी कल तुहानू वीडियो दिखाईआं सी गाजरां दीआं ते शलजमां दीआं। कल असी शलजम लै गए सी, ओह मैं उसी वीडियो अपना अपलोड नहीं कीती, दिखा नहीं सके। वैसे दिखाईआं सी, अज तुहानू दिखाने असी मूलियां। ते अज असी मूलियां पट्टन आए हैं, ते हुण मूलियां पट रहे हैं, हुण तुहानू मूलियां दिखाने। आ देखो, आ हुण मूलियां पट्टियां जा रहीआं वा, ते तुसी आ देख सकदे आ। वेखो जी मूलियां, आ लो जी, आ मूली पट्टी आ। आ जी, आ मूलियां पट रहे हैं, मूलियां की पटाई शुरू कर दिती है। मूलियां पट रहे हैं, ते पट के फिर आ जाणगीआं अपना मंडी च। ते हुण अज जिहड़ी आ बारी सारी मूलियां पट्टन दी सी, ते कल गोंडू पट्टांगे। ते आओ अगे तक मूलियां हैगीआं वा, ते हुण मूलियां पट्टन दे आ। जी अपने चौधरी अरशद साहब अपना मूलियां पट रहे आ। आओ देखो जी, तुहानू लागे करके दिखाउने आ मूली लागे करके। आओ देखो जी, कढ रहे मूलियां, आ भी दिखा उन्हां नू। पढ़ लो लो जी, मूलियां तुसी देख सकदे आ। लो जी, आ लो दिखा लो। लो जी, आ मूलियां पटियां वा। दसना मूलियां ना जड़ियां, ਉਹ ਮੂਲੀਆਂ ਦੇ ਜਿਹੜੇ ਪੱਤੇ ਹੁੰਦੇ ਆ ਉਹ ਫੋਲ ਨਾ, ਅਤੇ ਚੈੱਕ ਕਰਨਾ ਪੈਂਦਾ ਵਾ ਅਤੇ ਮੂਲੀ ਕਿਹੜੀ ਵੱਡੀ ਆ, ਕਿਉਂਕਿ ਛੋਟੀਆਂ ਵੀ ਆ ਵੱਡੀਆਂ ਵੀ ਆ। ਜਿਹੜੀ ਮੂਲੀ ਤਿਆਰ ਹੋ ਗਈ ਹੈ ਨਾ ਉਹ ਪੱਟਣੀ ਹੁੰਦੀ ਆ। ਹਾਂ, ਉਹ ਜਿੱਦਾਂ ਪੱਤੇ ਸਾਰੇ ਅੱਗੇ ਪਿੱਛੇ ਕੱਢ ਕੇ ਫਿਰ ਮੂਲੀਆਂ ਕੱਢਣੀਆਂ ਪੈਂਦੀਆਂ ਤੁਹਾਨੂੰ। ਹੁਣ ਮੈਂ ਤੁਹਾਨੂੰ ਦਿਖਾਉਂਦਾ ਵਾ ਕਿ ਕਿੱਦਾਂ ਇਹ ਮੈਂ ਪੱਟ ਕੇ ਤੁਹਾਨੂੰ ਦਿਖਾਉਂਦਾ ਮੂਲੀਆਂ। ਮੈਂ ਆਪ ਪੱਟਣ ਦਿਆਂ ਸੀ ਮੂਲੀਆਂ, ਮੈਂ ਪਹੁੰਚਿਆ ਸੀ ਇੱਥੇ ਤੱਕ, ਉਹ ਇੱਥੇ ਤੁਹਾਨੂੰ ਮੈਂ ਦਿਖਾਉਂਦਾ ਵਾ ਇਸ ਤਰ੍ਹਾਂ ਕਰਕੇ ਨਾ। ਇੱਦਾਂ ਫੋਲਡ ਕੇ ਨਾ ਪੱਤਿਆਂ ਨੂੰ, ਫਿਰ ਮੂਲੀਆਂ ਵਿੱਚ ਉਹਨਾਂ ਨੂੰ ਲੱਭਣੀਆਂ ਪੈਂਦੀਆਂ ਵੱਡੀਆਂ ਛੋਟੀਆਂ ਵੀ ਵੱਡੀਆਂ ਵੀ। ਜਿਹੜੀ ਜਿਹੜੀ ਜ਼ਿਆਦਾ ਵੱਡੀ ਮੂਲੀ ਆ ਪੱਟਣ ਵਾਲੀ ਉਹ ਪੱਟੀ ਦੀ ਆ। ਅਤੇ ਆਹ ਹੁਣ ਆਪਾਂ ਪੱਟਦੇ ਹਾਂ। ਆਹ ਦੇਖੋ ਲੋ ਜੀ, ਆਹ ਮੂਲੀ ਪੱਟੀ, ਮਤਲਬ ਕਿ ਵੱਡੀਆਂ ਵੱਡੀਆਂ ਮੂਲੀਆਂ ਪੱਟਣੀਆਂ ਵਾ, ਅਤੇ ਬਹੁਤੀ ਛੋਟੀਆਂ ਮੂਲੀਆਂ ਨਹੀਂ ਪੱਟਣੀਆਂ। ਠੀਕ ਆ, ਇਸ ਤਰ੍ਹਾਂ ਆ ਨਾ ਜਿਹੜਾ ਸਾਰਾ ਪੱਟਣੀਆਂ ਹੈਗੀਆਂ ਮੂਲੀਆਂ, ਇਸ ਤਰ੍ਹਾਂ ਫੋਲ ਕੇ, ਇੱਦਾਂ ਪੱਤੇ ਫੋਲ ਕੇ। ਆ ਹੁਣ ਮੈਨੂੰ ਫੁੱਲੀ ਆ, ਆ ਇੱਦਾਂ ਦੀ ਮੂਲੀਆਂ ਵੱਡੀਆਂ ਮੂਲੀਆਂ। ਹਾਂਜੀ, ਅਤੇ ਇਹਨੂੰ ਐਂ ਸੁੱਟ ਦਿੱਤਾ ਹੁਣ ਬਾਹਰ, ਉਹ ਕੱਚੀ ਸੜਕ 'ਤੇ ਮੂਲੀਆਂ ਪੜ ਸੁੱਟੀ ਜਾਂਦੇ ਆ। ਸੁੱਟ ਕੇ ਪੱਟ ਕੇ ਸਾਰੀਆਂ ਫਿਰ ਇਕੱਠੀਆਂ ਕਰਾਂਗੇ, ਇਕੱਠੀਆਂ ਕਰਕੇ ਫਿਰ ਲੈ ਕੇ ਜਾਵਾਂਗੇ। ਅਤੇ ਬਾਕੀ ਮੇਰੀ ਆਹ ਵਾਲੀ। ਚੰਗਾ ਜੀ, ਮਿਲਦੇ ਹਾਂ ਤੁਹਾਨੂੰ ਦੁਬਾਰਾ ਫਿਰ। ਹਾਂਜੀ, ਅਤੇ ਹੁਣ ਇਸ ਤੋਂ ਬਾਅਦ ਨੈਕਸਟ ਵੀਡੀਓ ਤੁਹਾਨੂੰ ਕੋਈ ਹੋਰ ਬਣਾ ਕੇ ਦਿਖਾਵਾਂਗੇ, ਹੋਰ ਕੋਈ ਚੀਜ਼ ਦੇ ਮੁਤਲਕ।